ਸਤਿ ਸ਼੍ਰੀ ਅਕਾਲ ਮੈਂ گو ਕੀਰਪ੍ਰਤਾਪ ਸਿੰਘ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਵੀ ਸੀ ਅਪਡੇਟ ਤੇ ਮੁੜ ਆਇਆ ਉਹੀ ਦਿਨ ਤੇ ਉਹੀ ਸਰਕਾਰਾਂ ਨੇ ਹੋ ਗਿਆ ਕੱਠ ਮੋੜ ਉਹੀ ਰਵਾਤੇ ਦੁਹਰਾਇਆ ਜਾਉ ਇਤਿਹਾਸ ਤੇ ਮੋਰਚੇ ਦੀਆਂ ਤਿਆਰੀਆਂ ਨੇ ਬਿਲਕੁਲ ਹਾਂ ਜੀ ਤੁਸੀਂ ਸਹੀ ਸਮਝਿਆ ਇਹ ਕਿਸਾਨਾਂ ਦਾ ਅੰਦੋਲਨ ਦੀ ਮੋੜ ਸ਼ੁਰੂਆਤ ਹੋ ਚੁੱਕੀ ਹੈ ਜੀ ਅੱਜ ਤੁਹਾਨੂੰ ਮਿਲਾਂ ਜਾ ਰਹੇ ਹਾਂ ਜੀ ਇਹੋ ਜੇ ਸ਼ਖਸ ਨਾਲ ਜੋ ਕਿ ਵਿਦੇਸ਼ ਦੀ ਧਰਤੀ ਨੂੰ ਛੱਡ ਕੇ ਆਪਣੇ ਪੰਜਾਬ ਦੀ ਵਾਪਸੀ ਕੀਤੀ ਬਿਲਕੁਲ ਜੀ ਆਪਣੇ ਖੇਤੇ ਨਾਲ ਇੱਕ ਲਗਾਅ ਸੀਗਾ ਜੀ ਉਹਨਾਂ ਨੂੰ ਉਸ ਚੀਜ਼ ਦੀ ਲਗਾਅ ਦੀ ਖੇਚ ਉਹਨਾਂ ਨੂੰ ਮੁੜ ਵਾਪਸੀ ਪੰਜਾਬ ਲੈ ਆਈ ਆਓ ਉਹਨਾਂ ਨਾਲ ਮਿਲਾਨੇ ਆ ਜੀ ਨਵਜੋਤ ਸਿੰਘ ਢੇਰੀ ਜੀ ਨਾਲ ਜੀ ਆਇਆਂ ਨੂੰ ਟਾੜੀ ਤੇ ਟਾੜੀ ਟੀਮ ਦਾ ਤੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਵੀਰ ਫੇ ਕਿੱਦਾਂ ਪੰਜਾਬੀਆਂ ਦਾ ਪਿਆਰ ਤੇ ਇੱਕ ਮਿੱਟੀ ਦਾ ਮੋਹ ਇਦਾਂ ਖਿੱਚਦਾ ਕੇਂਦਰ ਬਣਿਆ ਜਿਹੜਾ ਤੁਹਾਨੂੰ ਮਤਲਬ ਕਿ ਉਹ ਵਿਦੇਸ਼ ਦੀ ਧਰਤੀ ਨੂੰ ਛੱਡ ਕੇ ਪੰਜਾਬ ਦੀ ਵਾਪਸੀ ਕੀਤੀ ਤੁਸੀਂ ਜੀ ਇਹ ਤਾਂ ਖਿੱਚਦਾ ਕੇਂਦਰ ਤਾਂ ਜੀ ਆ ਤਾਂ ਆਪਣੇ ਦਿਲ 'ਚ ਹੁੰਦਾ ਜੋ ਤੁਹਾਡਾ ਦਿਲ ਚਾਵੇ ਤੁਸੀਂ ਤੁਹਾਨੂੰ ਉਹ ਕਰਨਾ ਚਾਹੀਦਾ ਮੇਦਾ ਵੀ ਪਹਿਲਾਂ ਤਾਂ ਮਨ ਇਹ ਸੀਗਾ ਕਿ ਬਾਹਰ ਵਧੀਆ ਆ ਪਰ ਹੁਣ ਸਮਾਂ ਚੇਂਜ ਹੋਈ ਜਾਂਦਾ ਪਿਆ ਸਮੇਂ ਨਾਲ ਬੰਦਿਆਂ ਨੂੰ ਵੀ ਚੇਂਜ ਹੋਈ ਹੋਣਾ ਚਾਹੀਦਾ ਤੇ ਹੁਣ ਜੇ ਤੁਹਾਨੂੰ ਸੱਚ ਗਮਾ ਬੜ ਦੀ ਜ਼ਿੰਦਗੀ ਬਹੁਤ ਔਖੀ ਆ ਇੱਥੇ ਲਾਈਫ ਸਟਾਈਲ ਵਿੱਚ ਸੋਖ ਆ ਤੇ ਸਾਰਾ ਕੁਝ ਇੱਥੇ ਵਧੀਆ ਆ ਤੇ ਤੁਸੀਂ ਕਿੱਦਾਂ ਇੱਕ ਮਤਲਬ ਕਿ ਕਿੱਦਾਂ ਕਿਸਾਨੀ ਨੂੰ ਇੱਥੇ ਆ ਕੇ ਮੋੜ ਵਾਪਸੀ ਅਪਣਾਇਆ ਜੀ ਜੀ ਦੇਖੋ ਪਹਿਲਾਂ ਤਾਂ ਕਿਸਾਨੀ ਇੱਕ ਕਿੱਤਾ ਆ ਇਹ ਇਤੋਂ ਹੀ ਆ ਜਿਹੜੇ ਕੱਪੜੇ ਬਾਏ ਆ ਆਪਾਂ ਉਹ ਬੰਦੇ ਆ ਜੋ ਵੀ ਸਾਰਾ ਕੁਝ ਬੰਦ ਆ ਕਿਸਾਨੀ ਤੋਂ ਆਪਾਂ ਪਾਣੀ ਰੱਖਿਆ ਪਾਣੀ ਵੀ ਕਿਸਾਨੀ ਤੋਂ ਹੁੰਦਾ ਬੈਕਗ੍ਰਾਉਂਡ ਸਾਰਿਆਂ ਦੀ ਤੁਸੀਂ ਜੋ ਮਰਜ਼ੀ ਚਾਹੇ ਜਿੱਦਾਂ ਮੱਜੀ ਬਿਜ਼ਨਸਮੈਨ ਹੋਵੇ ਸਾਰਿਆਂ ਦੀ ਜਿਹੜੀ ਉਹ ਆ ਉਹ ਬੈਕਗ੍ਰਾਉਂਡ ਜਿਹੜੀ ਹੈ ਕਿਸਾਨੀ ਤੋਂ ਹੀ ਆ ਹਾਂਜੀ ਵੀਰੇ ਫਿਰ ਤੁਸੀਂ ਕਿੱਦਾਂ ਇੱਕ ਕਿਸਾਨੀ ਬੈਕਗ੍ਰਾਉਂਡ ਤੋਂ ਨਿਕਲੇ ਇੰਪਲੀਮੈਂਟੇਸ਼ਨ ਦੇ ਕੰਮ ਚਾਏ ਪਾਜੀ ਦੇਖੋ ਜਿੱਦਾਂ ਆਪਾਂ ਕਹਿੰਦੇ ਆ ਕਿ ਗਲੋਬਲਾਈਜੇਸ਼ਨ ਨੇ ਬਹੁਤ ਕੁਝ ਚੇਂਜ ਕਰਤਾ ਉਹ ਗੱਲ ਕੋਈ ਐਕਸਟੈਂਡ ਤੱਕ ਠੀਕ ਵੀ ਆ ਗਲੋਬਲਾਈਜੇਸ਼ਨ ਨੇ ਦੁਨੀਆ ਨੂੰ ਇੱਕ ਬਹੁਤ ਹੀ ਵੱਡਾ ਹੱਬ ਬਣਾ ਦਿੱਤਾ ਆ ਜੋ ਚੀਜ਼ ਹੁਣ ਆਪਾਂ ਇੰਡੀਆ ਦੇ ਬੈਠੇ ਕਰਦੇਵੇ ਪੰਜਾਬ ਦੇ ਬੈਠੇ ਕਰਦੇਵੇ ਉਹ ਚੀਜ਼ ਡਾਇਰੈਕਟਲੀ ਆਪਾਂ ਅਮਰੀਕਾ ਵੀ ਦੇਖ ਸਕਦੇ ਆ ਜਿੱਦਾਂ ਤੁਸੀਂ ਦੇਖ ਲਓ ਆਪਾਂ ਆਹ ਵੀਡੀਓ ਦੇਖੀ ਆ ਆ ਵੀਡੀਓ ਅਮਰੀਕਾ 'ਚ ਵੀ ਚੱਲਨੀ ਕੈਨੇਡਾ 'ਚ ਵੀ ਚੱਲਨੀ ਸਾਰੇ ਦੇਸ਼ਾਂ 'ਚ ਚੱਲਨੀ ਆ ਤੇ ਉਸ ਟਾਈਪ ਹੀ ਆਪਾਂ ਜਿਹੜਾ ਐਗਰੀਕਲਚਰ ਦਾ ਕੀਤਾ ਆ ਆ ਵੀ ਆਪਾਂ ਮਸ਼ੀਨਾਂ ਮਸ਼ੂਨਾਂ ਸਾਰੀਆਂ ਉਧਰੋਂ ਹੀ ਇੱਧਰ ਆਈਆਂ ਇੱਧਰੋਂ ਉਧਰ ਜਾਂਦੀਆਂ ਪਈਆਂ ਆ ਸਾਰਾ ਇੰਟਰਲਿੰਕਡ ਆ ਸਾਰਾ ਕੁਝ ਇਸ ਚੀਜ਼ ਨੂੰ ਕਿਦਾਂ ਤੁਸੀਂ ਕਿਹਾ ਇਨਸਪਾਇਰ ਹੋਏ ਕਿ ਅਪ ਗੱਲ ਕੀਤੀ ਕਿ ਇੰਪਲੀਮੈਂਟੇਸ਼ਨ ਲਈ ਕਿਦਾਂ ਇਨਸਪਾਇਰ ਹੋਏ ਬਾਹਰ ਬੈਠੇ ਤੇ ਮਨੇ ਇਸ ਚੀਜ਼ ਬਾਰੇ ਦੱਸੋ ਜੂ ਦੱਸੋ ਯਾਰ ਜਿੱਦਾਂ ਇਨਸਪਾਇਰ ਭਾਜੀ ਇਨਸਪਾਇਰ ਇਨਸਪੀਰੇਸ਼ਨ ਤਾਂ ਮੈਂ ਤੁਹਾਨੂੰ ਕਿਹਾ ਤੁਸੀਂ ਆਪਣਾ ਦਿਲ ਦੀ ਸੁਣੋ ਦਿਮਾਗ ਦੀ ਨਾ ਸੁਣੋ ਜੋ ਜੋ ਤੁਹਾਡੇ ਲਈ ਸਹੀ ਆ ਤੁਸੀਂ ਲੋਕੀ ਜੋ ਮਰਜੀ ਕਹਿਣ ਤੁਸੀਂ ਆਪਣਾ ਸੁਣੋ ਜੋ ਤੁਹਾਡਾ ਦਿਲ ਕਰਦਾ ਕਰੋ ਪਰ ਇਨ ਲਿਮਿਟ ਰਿਸਟ੍ਰਿਕਸ਼ਨ ਚ ਰਹੇਗੇ ਮਤਲਬ ਤੁਹਾਨੂੰ ਆਪਣੀ ਬਾਉਂਡਰੀ ਬਣਾਣੀ ਚਾਹੀਦੀ ਹੈ ਜਿੱਦਾਂ ਇੱਕ ਸਰਕਲ ਹੁੰਦਾ ਆਪਾਂ ਸਕੂਲੇ ਪੜੀਦਾ ਹੁੰਦਾ ਜਿੱਦਾਂ ਇੱਕ ਸਰਕਲ ਦੇ ਵਿੱਚ ਰਹਿਣਾ ਚਾਹੀਦਾ ਉਸ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਜੇ ਬਾਹਰ ਗਏ ਉਸੇ ਵੇਲੇ ਅੰਦਰ ਆ ਜਾਓ ਹਾਂਜੀ ਵੀਰੇ ਫਿਰ ਜਿੱਦਾਂ ਹੁਣ ਕਿਸਾਨੀ ਅੰਦੋਲਨ ਫੇਰ ਮੋੜ ਸ਼ੁਰੂਆਤ ਹੋਈ ਆ ਉਸ ਚੀਜ਼ ਦੀ ਤੇ ਤੁਸੀਂ ਕੀ ਵਿਚਾਰ ਰੱਖਦੇ ਹੋ ਉਸ ਬਾਰੇ ਵੀਰੇ ਮੈਂ ਇਹੀ ਵਿਚਾਰ ਰੱਖਦਾ ਕਿ ਦੇਖੋ ਹੁਣ ਆਪਾਂ ਮੋਡਰਨਾਈਜ਼ ਮੋਡਰਨਾਈਜ਼ ਹੋਣ ਦੇ ਬਈ ਸਾਨੂੰ ਮੋਡਰਨ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਦੇਖੋ ਜੋ ਤੁਹਾਡੇ ਦਾਦਾ ਜੀ ਕਰਦੇ ਸੀਗੇ ਸਾਨੂੰ ਉਹ ਥੋੜੀ ਨਾ ਚੀਜ਼ ਕਰਨੀ ਚਾਹੀਦੀ ਜਿੱਦਾਂ 23 ਕਰੋਪਾਂ ਜਿਹੜੀਆਂ ਜਿਹੜਾਂ ਦੀ ਐਮ ਆਰਪੀ ਮੰਗਦੇ ਆ ਉਹ ਕੋਈ ਐਕਸਟੈਂਡ ਤੱਕ ਸਹੀ ਆ ਪਰ ਵੀਰੇ ਮੇਰੀ ਮੇਨ ਗੱਲ ਇਹ ਆ ਕਿ ਕਿਸਾਨਾਂ ਨੂੰ ਅੱਗੇ ਦੀ ਸੋਚਣੀ ਚਾਹੀਦੀ ਆਪਣੀ ਫਿਊਚਰ ਦੀ ਸੋਚਣੀ ਚਾਹੀਦੀ ਉਹ 23 ਕਰੋਪਾਂ ਦੀ ਜਿਹੜੀ ਗੱਲ ਕੀਤੀ ਆ ਉਹ ਮੁੱਦਾ ਕੋਈ ਐਕਸਟੈਂਡ ਤੱਕ ਸਹੀ ਵੀ ਆ ਮੈਂ ਸਹੀ ਕਹਿੰਦਾ ਹੈਗਾ ਸਹੀ ਪਰ ਕਿਸਾਨ ਵੀਰਾਂ ਨੂੰ ਹੋਰ ਸਬਜ਼ੀਆਂ ਫਲਾਂ ਦੀ ਖੇਤੀ ਵੀ ਕਰਨੀ ਚਾਹੀਦੀ ਆ ਹੁਣ ਦੇਖੋ ਜੇ ਮੈਂ ਸਿੰਪਲ ਐਗਜ਼ਾਮਪਲ ਦਿੰਦਾ ਜੇ ਤੁਹਾਡੇ 5 ਕਿੱਲੇ ਆ ਵੀਰੇ 5 10 ਕਿੱਲੇ ਹੈਗੇ ਆ ਤੁਸੀਂ ਉੱਤੇ ਕੋਈ ਵੀ ਫਸਲ ਲਾਉਂਦੇ ਜਿਹੜੀ ਤਈਆਂ ਦੇ ਵਿੱਚ ਆਂਦੀ ਪਈ ਆ ਠੀਕ ਆ ਤੁਸੀਂ ਉਹਦੀ ਬਾਉਂਡਰੀ ਛੇਪਦਾ ਵੀ ਹਣਾ ਬਾਉਂਡਰੀ ਚ ਪੀਦਾ ਲਾਓ ਫਿਰ ਉਸ ਤੋਂ ਬਾਅਦ ਛੋਟੀ ਛੋਟੀ ਪਨੀਰੀ ਪਾਓ ਇਹਨਾਂ ਇੰਟਰ ਕ੍ਰੋਪਿੰਗ ਦੇ ਕਨਸੈਪਟ ਜਿੱਦਾਂ ਉਹ ਆਪਾਂ ਕ੍ਰੋਪਿੰਗ ਮਾਡਰਨ ਸਿਸਟਮ ਚ ਇਹਦੇ ਲਈ ਪਲੀਜ਼ ਤੁਸੀਂ ਜੋ ਵੀ ਕਰਦੇ ਪਏ ਆ ਉਹ ਕਰੋ ਪਰ ਉਹਦੇ ਨਾਲ ਥੋੜੇ ਮਾਡਰਨ ਹੋਵੋ ਵੀਰੇ ਜਿੱਦਾਂ ਆਪਾਂ ਮੈਂ ਕਹਿੰਿਆ ਇੰਟਰ ਕ੍ਰੋਪਿੰਗ ਇੰਟਰ ਕ੍ਰੋਪਿੰਗ ਬਹੁਤ ਵਧੀਆ ਚੀਜ਼ ਆ ਜਦੋਂ ਜਿੱਦਾਂ ਆਪਾਂ ਇੱਥੇ ਗੋਭੀ ਲਾਈ ਗੋਭੀ ਦੇ ਨਾਲ ਆਪਾਂ ਕੁਝ ਹੋਰ ਵੀ ਲਾ ਸਕਦੇ ਉਹਦੇ ਨਾਲ ਹੋਰ ਵੀ ਲੱਗ ਸਕਦਾ ਇੰਟਰੋਕੋਪਿੰਗ ਕਰਨ ਵਾਲੇ ਥੋੜਾ ਥੋੜਾ ਸੋਚੋ ਜਿੱਦਾਂ ਹੁਣ ਸਾਡਾ ਅੱਗੇ ਯੂਥ ਬਾਹਰ ਜਾ ਰਿਹਾ ਆਪਾਂ ਉਸ ਚੀਜ਼ ਨੂੰ ਕਿੱਦਾਂ ਰੋਕ ਸਕਦੇ ਆ ਦੇਖੋ ਇੱਥੇ ਪਹਿਲਾਂ ਤਾਂ ਸਾਨੂੰ ਇਨਕਮ ਸੋਰਸ ਬਣਾਉਣਾ ਚਾਹੀਦਾ ਤੁਹਾਡਾ ਇਨਕਮ ਸੋਰਸ ਕੀ ਆ ਜੇ ਇੱਕ ਕਿਸਾਨ ਆ ਕਿਸਾਨ ਨੂੰ ਆਪਣਾ ਫਿਊਚਰ ਸੋਚਣਾ ਚਾਹੀਦਾ ਆ ਨਹੀਂ ਕਿ ਮੈਂ ਸਬਜੀ ਲਗਾ ਲਈ ਸਬਜੀ ਦੇ ਨਾਲ ਤੁਸੀਂ ਉਹਨੂੰ ਆਪਣੇ ਪੱਧਰ ਤੇ ਜਿੱਦਾਂ ਹੁਣ ਆ YouTube ਆ YouTube ਦਾ Facebook ਆ ਤੁਸੀਂ ਉਹ ਪਾਓ ਵੀਡੀਓ ਕਿਉਂ ਵੀਡੀਓ ਪਾਉਗੀ ਯਾਰ ਤੁਸੀਂ ਕਹੋ ਮੈਂ ਅੱਜ ਕਹਿਤਾ ਕਿ ਮੈਂ ਆ ਵੀਡੀਓ ਬਣੀ ਆ ਕਿਸੇ ਨੂੰ ਮੇਰੇ ਦਾ ਪਤਾ ਨਹੀਂ ਪਦਾ ਨਾ ਕੋਈ ਇੱਕ ਬੰਦੇ ਨੂੰ ਪਤਾ ਲੱਗੂਗਾ ਉਹ ਦੂਜੇ ਬੰਦੇ ਨੂੰ ਦੱਸੂਗਾ ਇਦਾਂ ਯਾਰ ਜੇ ਤੂੰ ਤੂੰ ਸਪੋਜ਼ ਕਰ ਤੂੰ ਕਿੱ데 ਗਿਆ ਤੂੰ ਦੋ ਆਪਣਾ ਤੂੰ ਖੇਤ ਦੀ ਤੂੰ ਆਪਣੇ ਸੰਤਰੇ ਵੇਚਣੇ ਸਮਝ ਲਾ ਤੂੰ ਸੰਤਰੇ ਕਿੱਦਾਂ ਵੇਚੂਗਾ ਇਨਸ਼ੋਰ ਜਿ ਤੁਹਾਡੇ ਸੰਤਰੇ ਨੇ ਵੇਚਦੇ ਤੁਸੀਂ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਓ ਮੈਂ ਜੀ ਮੈਂ ਆਪਣੇ ਖੇਤਾਂ ਚ ਆਇਆ ਜੀ ਆ ਆ ਦੋ ਸੰਤਰੇ ਪਏ ਆ ਜੀ ਆ ਮੈਂ ਵੇਚਨੀ ਆ ਇਹ ਬੜਾ ਵਧੀਆ ਆਈਡੀਆ ਹੁਣ ਇੰਟਰਨੈਟ ਤਾਂ ਸਾਰਿਆਂ ਨੂੰ ਹੈਗਾ ਤੁਸੀਂ ਹੌਲੀ ਹੌਲੀ ਯਾਰ ਸਟਾਰਟ ਅਪ ਹੀ ਦੇਖੋ ਜ਼ੀਰੋ ਤੋਂ ਹੀ ਸਟਾਰਟ ਕਰਨਾ ਪੈਂਦਾ ਆਪਾਂ ਛੋਟੇ ਹੁੰਦੇ ਸੀ ਇੰਨੇ ਸੀਗੇ ਆਪਾਂ ਐਡੇ ਹੋਏ ਫਿਰ ਐਡੇ ਹੋਏ ਫਿਰ ਸਕੂਲ ਆਪਾਂ ਪਹਿਲਾਂ ਕਿੱਥੇ ਗਏ ਸਾਤੋਂ ਪਹਿਲਾ ਕਰਦੇ ਤਿੰਨ ਸਾਲਾਂ ਬਾਅਦ ਸਕੂਲ ਗਏ ਸਕੂਲ ਤੋਂ ਬਾਅਦ ਕਾਲਜ ਆਏ ਇਦਾਂ ਹੀ ਯਾਰ ਤੁਹਾਡੇ ਸਬਸਕ੍ਰਾਈਬਰ 100 ਆ ਉਹਨੂੰ ਹੋਲੀ-ਹੋਰੀ ਵਧੂਗੇ ਇੱਕਦਮ ਥੋੜੀ ਨਾਲ ਤੁਸੀਂ 1000 ਕਰ ਦੂਗੇ ਜਾਂ 10000 ਹੋ ਜੂਗੇ ਇਹ ਮਿਹਨਤ ਆ ਜੀ ਹਰ ਚੀਜ਼ ਨੂੰ ਟਾਈਮ ਲੱਗਦਾ ਹਰ ਚੀਜ਼ ਮਿਹਨਤ ਮੰਗਦੀ ਹੈ ਤੁਸੀਂ ਭਾਵੇਂ ਕਿਸਾਨੀ ਲੈ ਲਓ ਭਾਵੇਂ ਬਿਜ਼ਨਸ ਲੈ ਲਓ ਹਰ ਚੀਜ਼ ਇਦਾਂ ਹੀ ਬਾਹਰ ਵੀ ਉੱਥੇ ਭਾਜੀ ਪੱਕੀ ਪਲਾਈ ਨਹੀਂ ਮਿਲਦੀ ਇੱਥੇ ਫੇਰ ਵੀ ਤੁਹਾਨੂੰ ਮਿਲ ਜੂਗੀ ਨਾ ਉੱਥੇ ਕਿਸੇ ਨੂੰ ਦੇਣੀ ਆ ਜੇ ਤਾਂ ਹੁਣ ਆਪਣਾ ਯੂਥ ਹੈਗਾ ਜਿਹੜਾ ਬਾਹਰ ਜਾ ਰਿਹਾ ਜੋ ਇੱਥੇ ਰੁਕਦਾ ਆ ਤੇ ਉਹਨੂੰ ਕਿਸਾਨੀ ਦੇ ਵਿੱਚ ਕਿੱਦਾਂ ਅਲੱਗ-ਅਲੱਗ ਖੇਤ ਦੇ ਵਿੱਚ ਆਪਾਂ ਜੋੜ ਸਕਦੇ ਆ ਵੇਖੋ ਜੀ ਕਿਤੇ ਬਹੁਤ ਆ ਕਿਸਾਨੀ ਤੋਂ ਜਿੱਦਾਂ ਇੱਕ ਬੂਟਾ ਆ ਬੂਟੇ ਦੀਆਂ ਡਿਫਰੈਂਟ ਡਿਫਰੈਂਟ ਲੇਅਰਸ ਆ ਬ੍ਰਾਂਚਾਂ ਆ ਇਦਾਂ ਆ ਬੂਟ ਆ ਸਮਝੋ ਆ ਬੂਟਾ ਲੱਗਾ ਇਹਦੇ ਅਲੱਗ-ਅਲੱਗ ਲੇਅਰਸ ਜਾਂਦੀਆਂ ਪਈਆਂ ਨਾ ਮਤਲਬ ਜੇ ਆਪਾਂ ਬ੍ਰਾਂਚੀਜ਼ ਆ ਬਿਜ਼ਨਸ ਤੁਸੀਂ ਪੜਿਆ ਬ੍ਰਾਂਚੀਜ਼ ਇਦਾਂ ਇਦਾਂ ਉਹੀ ਸੇਮ ਇੱਕ ਬ੍ਰਾਂਚ ਤੋਂ ਬਹੁਤ ਕੁਝ ਹੁੰਦਾ ਇੱਕ ਬ੍ਰਾਂਚ ਇੱਧਰ ਚਲੇਗੀ ਮਤਲਬ ਇੱਕ ਬ੍ਰਾਂਚ ਹੁਣ ਫਾਰਮਿੰਗ ਆ ਆਪਾਂ ਇੱਕ ਆ ਜਮੀਨ ਆ ਸਮਝੋ ਕਿੱਲੇ ਤੋਂ ਆਪਾਂ ਕੀ ਕੀ ਕਰ ਸਕਦੇ ਜੇ ਤੁਹਾਡੇ ਤੋਂ ਥੋੜੀ ਵੀ ਜਮੀਨ ਹੈਗੀ ਉਹਦੇ ਵਿੱਚ ਤੁਸੀਂ ਬਹੁਤ ਕੁਝ ਕਰ ਸਕਦੇ ਜਿੱਦਾਂ ਕਿ ਵੀਰੇ ਹੁਣ ਜਿੱਦਾਂ ਯੂਥ ਆ ਯੂਥ ਨੂੰ ਆਪਾਂ ਜੇ ਇੱਥੇ ਰੋਕ ਰਹੇ ਆ ਤੇ ਉਹ ਤੁਸੀਂ ਗੱਲ ਕੀਤੀ ਆ ਅਲੱਗ-ਅਲੱਗ ਖੇਤ ਦੇ ਵਿੱਚ ਆਪਾਂ ਜਾ ਸਕਦੇ ਆ ਤੇ ਹੁਣ ਨਰਸਰੀ ਜਿੱਦਾਂ ਹੋ ਗਈ ਜਾਂ ਹੋਰ ਆਪਣੇ ਅਲੱਗ-ਅਲੱਗ ਕੈਸਾ ਤੇ ਡੇਰੀ ਫਾਰਮਿੰਗ ਹੋ ਗਈ ਜਾਂ ਆਪਣੇ ਇੰਪਲੀਮੈਂਟੇਸ਼ਨ ਦੇ ਦਾ ਤੁਸੀਂ ਕੰਮ ਸਟਾਰਟ ਕੀਤਾ ਤੇ ਯੂਥ ਨੂੰ ਥੋੜਾ ਜਿਹਾ ਗਾਈਡ ਕਰੋ ਕਿ ਕਿਦਾਂ ਉਸ ਚੀਜ਼ ਨੂੰ ਅਪਣਾਉਣਾ ਚਾਹੀਦਾ ਆ ਦੇਖੋ ਵੀ ਦੇ ਦੇਖੋ ਆ ਜਿਹੜੀ ਕਿਸਾਨੀ ਆ ਦੇਖ ਲਓ ਤੁਸੀਂ ਇੱਕ ਬੁੱਟਾ ਲਾਇਆ ਇੱਥੇ ਇਹ ਬੁੱਟੇ ਤੋਂ ਹੀ ਤੁਹਾਡੇ ਹੋਰ ਬੁੱਟੇ ਪੈਲੇ ਹੋਣੇ ਇਹਨੂੰ ਨਾ ਦੇਖੋ ਬੰਦਾ ਇੱਕਦਮ ਨਹੀਂ ਬਹੁ ਹਾਈਟ ਤੇ ਜਾਂਦਾ ਕੋਈ ਵੀ ਸਟੈਪ ਤੇ ਜਾਂਦਾ ਦੇਖੋ ਜੇ ਹੁਣ ਤੁਸੀਂ ਇੱਕ ਬੁੱਟਾ ਲਾਇਆ ਇਹਨ ਥੋੜੇ ਟਾਈਮ ਬਾਅਦ ਦੂਜਾ ਹੋਣਾ ਉਤੋਂ ਬਾਅਦ ਤੀਜਾ ਹੋਣਾ ਫਿਰ ਉਹ ਉਹ ਹੀ ਤੁਸੀਂ ਬੇਸਕਦੇ ਆ ਉਹਨੂੰ ਹੀ ਅੱਗੇ-ਅੱਗੇ ਕਰੀ ਜਾਂਦੇ ਐ ਐਕਸਪੈਂਡ ਕਰੋ ਨਰਸਰੀ ਦਾ ਆਈ ਆ ਹੋਰ ਉਹ ਕਿਹੜਾ ਕਿਤੋਂ ਅਮਰੀਕਾ ਤੋਂ ਜਾਂ ਕਿਤੋਂ ਲੈ ਕੇ ਆਂਦੇ ਯਾਰ ਦੇ ਇੱਕ ਵਾਰੀ ਚੀਜ਼ ਬਾਹਰੋਂ ਆਂਦੀ ਜਾਂ ਉੱਤੋਂ ਬਤਾ ਯਾਰ ਇੱਥੇ ਬਣਦੀ ਹੈ ਕੋਈ ਵੀ ਤਾ ਤੂੰ ਇੰਪਲੀਮੈਂਟ ਲੈ ਲਓ ਇੱਕ ਡਿਜ਼ਾਈਨ ਹੀ ਆਂਦਾ ਬਣੋ ਹੁਣ ਐਪਲ ਦਾ ਫੋਨ ਲੈ ਲਓ ਕੋਈ ਵੀ ਆ ਬੋਤਲ ਲੈ ਲਓ ਕਿੱਥੋਂ ਬਣਦੀ ਆ ਇੱਥੇ ਬਣਦਾ ਸਾਰਾ ਮੈਨੂਫੈਕਚਰਿੰਗ ਤਾਂ ਇੱਥੇ ਹੁੰਦਾ ਡਿਜ਼ਾਈਨ ਬਾਹਰੋਂ ਆਂਦਾ ਮੈਂ ਮੰਨਦਾ ਹਰ ਚੀਜ਼ ਦਾ ਡਿਜ਼ਾਈਨ ਕਿਉਂਕਿ ਉਹ ਸਾਡੇ ਤੋਂ ਐਡਵਾਂਸ ਆ ਪਰ ਹੁਣ ਹੁਣ ਇੱਥੇ ਵੀ ਉਹ ਡਿਜ਼ਾਈਨਿੰਗ ਸਾਰਾ ਕੁਝ ਹੋਣ ਲੱਗ ਗਿਆ ਹੈ ਕਿਉਂਕਿ ਆਪਾਂ ਬੰਦੇ ਪੜ ਕੇ ਉੱਥੋਂ ਇੱਥੇ ਆਦੇ ਹੁਣ ਹਾਂਜੀ ਵੀਰੇ ਹੁਣ ਜਦੋਂ ਆਪਾਂ ਗੱਲ ਕੀਤੀ ਆ ਕਿ ਆਪਾਂ ਲਗ ਲਗ ਖੇਤੇ ਦੇ ਵਿੱਚ ਆਪਣੇ ਯੂਥ ਨੂੰ ਇੱਥੇ ਰੋਕ ਸਕਦੇ ਕਿਸਾਨੀ ਦੇ ਵੀ ਅਲੱਗ ਲੱਗ ਖੇਤੇ ਹੈਗੇ ਆ ਤੇ ਉਸ ਚੀਜ਼ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ ਵੀਰੇ ਦੇਖੋ ਹਰ ਬੰਦੇ ਨੇ ਬ੍ਰੈਡ ਖਾਣੀ ਆ ਰੋਟੀ ਖਾਣੀ ਆ ਸਾਰਾ ਕੁਝ ਕਰਨਾ ਦੁੱਧ ਪੀਣਾ ਹੁਣ ਤੁਸੀਂ ਕੋਈ ਵੀ ਲੈ ਲਓ ਛੋਟਾ ਜਿਹਾ ਆਪਣੇ ਘਰ ਨਹੀਂ ਆਪਣੀ ਕੋਈ ਜਗ੍ਹਾ ਤਾਂ ਹਰ ਬੰਦੇ ਤੋਂ ਛੋਟਾ ਵੀ ਜਿਹੜਾ ਜਿੰਨਾ ਮਲ ਜੋ ਥੋੜੀ ਜਿਹੀ ਜਗ੍ਹਾ ਹੁੰਦੀ ਇੱਕ ਮੱਝ ਰੱਖ ਲਓ ਇੱਕਦਮ ਹੈ ਜਿੱਦਾਂ ਪਹਿਲਾਂ ਵੀ ਕਿਹਾ ਇੱਕਦਮ ਇੱਥੇ ਨਹੀਂ ਪਹੁੰਚ ਹੁੰਦਾ ਸਟੈਪ 'ਚ ਪਹੁੰਚ ਹੁੰਦਾ ਜੇ ਮੈਂ ਕਹੂਗਾ ਇੱਕਦਮ ਮੈਂ ਉੱਥੇ ਪਹੁੰਚ ਜਾਵਾਂ ਨਹੀਂ ਪਹੁੰਚ ਹੋਊਗਾ ਕੋਈ ਵੀ ਬੰਦਾ ਕੋਈ ਵੀ ਬੰਦਾ ਮੈਂ ਕਿਸੇ ਦੀ ਐਗਜ਼ਾਮਪਲ ਨਹੀਂ ਲੈਣੇ ਜ਼ੀਰੋ ਤੋਂ ਸਟਾਰਟ ਕਰਦਾ ਸਾਨੂੰ ਆ ਵੀ ਦਿਖਿਆ ਜਿੰਨੇ ਨੀਵੇਂ ਰਹੂਗੇ ਓਨੇ ਤੁਹਾਡੇ ਗਰੋਥ ਦੇ ਚਾਂਸ ਜ਼ਿਆਦਾ ਜਿੱਦਾਂ ਹੁਣ ਨਰਸਰੀ ਦੇ ਵਿੱਚ ਹੀ ਆਪਾਂ ਗੱਲ ਕਰੀਏ ਤੇ ਉੱਚ ਅਲੱਗ-ਅਲੱਗ ਹੁੰਦੇ ਆ ਪਲਾਂਟੇਸ਼ਨਸ ਵਗੈਰਾ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਆ ਅੱਜਕੱਲ ਜਿੱਦਾਂ ਕਹਦੀ ਹੈ ਹਰਬਲ ਵਗੈਰਾ ਹਰਬਲ ਪਲਾਂਟਸ ਵਗੈਰਾ ਦੀ ਕਾਫੀ ਡਿਮਾਂਡ ਹੈ ਆ ਤੇ ਉਹ ਕਿਦਾਂ ਯੂਥ ਉਸ ਚੀਜ਼ ਨੂੰ ਅਪਣਾ ਸਕਦਾ ਹਰਬਲ ਪਲਾਂਟ ਦਾ ਕਨਸੈਪਟ ਤੇ ਆਰਗੈਨਿਕ ਪਲਾਂਟਸ ਆਰਗੈਨਿਕ ਖਾਦਾਂ ਦਾ ਕਨਸੈਪਟ ਬਹੁਤ ਹੀ ਪਪੂਲਰ ਹੋ ਰਿਹਾ ਤੇ ਹੋਣਾ ਵੀ ਆ ਕਿਉਂਕਿ ਹਰ ਬੰਦਾ ਅੱਜਕੱਲ ਮੋਡਰਨਾਈਜੇਸ਼ਨ ਦੇ ਵਿੱਚ ਪੋਲੂਸ਼ਨ ਬਹੁਤ ਆ ਹੋਲੀ-ਹੋਲੀ ਤੁਹਾਨੂੰ ਆਰਗੈਨਿਕ ਚੀਜ਼ਾਂ ਵੱਲ ਵਧਣਾ ਪੈਣਾ ਆਰਗੈਨਿਕ ਖਾਦਾਂ ਆਰਗੈਨਿਕ ਸਾਰਾ ਕੁਝ ਆਰਗੈਨਿਕ ਹੋਣਾ ਚਾਹੀਦਾ ਫੂਡ ਵੀ ਹੁਣ ਜਦਾ ਆਰਗੈਨਿਕ ਆ ਰਿਹਾ ਅੱਗੇ ਹੋ ਰਿਹਾ ਕਿ ਆਰਗੈਨਿਕ ਚੀਜ਼ਾਂ ਸਿਹਤ ਲਈ ਬੜੀਆਂ ਵਧੀਆਂ ਆ ਹੁਣ ਦੇਖੋ ਹਰ ਘਰ ਦੇ ਵਿੱਚ ਇੱਕ ਡਾਇਬੀਟੀ ਦਾ ਸ਼ੂਗਰ ਦਾ ਕੋਈ ਨਾ ਕੋਈ ਦਾ ਪੇਸ਼ੈਂਟ ਆ ਉਹਦੇ ਨੇ ਆਰਗੈਨਿਕ ਚੀਜ਼ਾਂ ਆਰਗੈਨਿਕ ਚੀਜ਼ਾਂ ਪਰ ਇੱਥੇ ਦੀ ਕੀ ਦਸੀ ਇੱਥੇ ਦੀ ਯੂਥ ਜਾਂ ਪਬਲਿਕ ਸਮਝਦੀ ਨਹੀਂ ਫਾਸਟ ਫੂਡ ਦਲ ਜਾ ਰਹੀ ਹੈ ਫਾਸਟ ਫੂਡ ਵਰ ਸਮਝਦੀ ਨਹੀਂ ਵਟ ਇਜ਼ ਡਿਫਰੈਂਟ ਬੀਟਵੀਨ ਆਰਗੇਨਿਕ ਤੇ ਨੋਰਮਲ ਉਹਦਾ ਕੋਈ ਸਮਝਦਾਰ ਬੰਦਾ ਸਮਝਾਵੇ ਤਾਂ ਉਹਨੂੰ ਸਮਝ ਲੱਗਣਾ ਚਲੋ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਪਰ ਹੌਲੀ-ਹੌਲੀ ਆਪਾਂ ਸ਼ਿਫਟ ਕਰਾਂਗੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਹਜੇ ਸਾਡੀ ਤੀਜੀ ਜਨਰੇਸ਼ਨ ਆ ਜੀ ਆਪਾਂ ਨਾ ਦੇਖ ਪਾਈ ਸਾਡੀ ਫਰਦਰ ਜਨਰੇਸ਼ਨਾਂ ਨੂੰ ਤਾਂ ਪਤਾ ਲੱਗੂਗਾ ਕਿ 6ਵੀਂ ਜਨਰੇਸ਼ਨ ਜਿੱਦਾਂ ਉੱਥੇ ਆਪਣੇ ਬਾਗ ਉਹ ਕੁਛ ਤਾਂ ਯਾਰ ਕਦੀ ਤਾਂ ਕੋਈ ਆਪਣੇ ਪਿੰਡ ਜਿਹੜੇ ਕਹਿੰਦੇ ਆਪਾਂ ਨਹੀਂ ਆਣਾ ਕਦੀ ਤਾਂ ਮੁੜੂਗੇ ਉਹ ਦੱਸੂਗੀ ਕਿ ਆਪਾਂ ਆ ਆ ਚੀਜ਼ ਆ ਜੀ ਆ অর্ਗੈਨਿਕ ਚੀਜ਼ ਆ ਆਪਾਂ ਸਮਝਾਂਗੇ ਵੀ ਸਾਡੀ ਯੂਥ ਵੀ ਸਮਝੂਗੀ ਤੇ ਯਾਰ ਹੁਣ ਏਦਾਂ ਨਹੀਂ ਹੋਣਾ ਕਿ ਉਹ ਬਾੜ ਵਾਲੇ ਕਹਿੰਦੇ ਕਿ ਆਪਾਂ ਬਾੜ ਹੋਗੇ ਆਉਗੇ ਜਰੂਰ ਇੱਥੇ ਮੁੜੂਗੇ ਇਹਦੀ ਵਾਸ ਇਮਪਲੀਕੇਸ਼ਨ ਹੋਊਗੀ ਤੇ ਜਿੱਦਾਂ ਹੁਣ ਡੈਰੀ ਫਾਰਮਿੰਗ ਤੇ ਗੱਲ ਕਰ ਲਈਏ ਆਪਾਂ ਡੈਰੀ ਫਾਰਮਿੰਗ ਦੇ ਵਿੱਚ ਲੋਕੀ ਛੱਡੀ ਜਾ ਰਹੇ ਆ ਡੇਰੀ ਫਾਰਮਿੰਗ ਨੂੰ ਨਾ ਕਿ ਡੇਰੀ ਫਾਰਮਿੰਗ ਨੂੰ ਇੱਕ ਇਸ ਟਾਈਮ ਬਹੁਤ ਗਰੋਥ ਦੀ ਲੋੜ ਆ ਇੰਡੀਆ ਦੇ ਵਿੱਚ ਇਹ ਡੇਰੀ ਫਾਰਮਿੰਗ ਦੇ ਥੋੜੀ ਜੀ ਟੈਕਨੀਕਲ ਨੋਲਿਜ ਸ਼ੇਅਰ ਕਰੋ ਜੀ ਡੇਰੀ ਫਾਰਮਿੰਗ ਜਿਸ ਸਿੰਪਲ ਕਨਸੈਪਟ ਦੇ ਵਿੱਚ ਇਹਦੇ ਵਿੱਚ ਮੈਂ ਦੱਸਦਾ ਐ ਇਦਾਂ ਇੱਕ ਅਲੱਗ ਹੀ ਡਿਪਾਰਟਮੈਂਟ ਦਾ ਅਲੱਗ ਡਿਪਾਰਟਮੈਂਟ ਤੇ ਅਲੱਗ ਹੀ ਸਬਸਿਡੀ ਦਿੰਦੀ ਆ ਇਹ ਗਵਰਨਮੈਂਟ ਆਫ ਇੰਡੀਆ ਤੇ ਪੰਜਾਬ ਗਵਰਨਮੈਂਟ ਦਾ ਇੰਟਰਲਿੰਕਡਾ ਹਰ ਬੰਦਾ ਇਹਦੇ ਵਿੱਚ ਬਹੁਤ ਸਬਸਿਡੀ ਆ ਮਤਲਬ ਸਭ ਮੈਨੂੰ ਪਤਾ ਨਹੀਂ ਮੈਂ ਵੀ ਗਲਤ ਕਹਿ ਦਵਾਂ ਕਿ ਉਹ ਮੈਨੂੰ ਕਹਿ ਦੂ ਕਿ ਤੂੰ ਤਾਂ ਇੰਨੀ ਕਹਿੰਦਾ ਸੀ ਮੈਨੂੰ ਨਹੀਂ ਪਤਾ ਕਿੰਨੀ ਸਬਸਿਡੀ ਆ ਪਰ ਸਬਸਿਡੀ ਹੈਗੀ ਆ ਹਰ ਚੀਜ਼ ਚ ਸਬਸਿਡੀ ਹੁੰਦੀ ਆ ਜਿਹੜੀ ਗਵਰਨਮੈਂਟ ਬਦਾਣਾ ਚਾਹਦੀ ਆ ਜਿਹੜੀ ਆਪਣੇ ਚਲੋ ਆਪਾਂ ਗੱਲ ਫੇਰ ਉਸ ਚੀਜ਼ ਤੇ ਛੇੜ ਰਹੇ ਆ ਕਿ ਜਿਹੜੀ ਸਾਡੀ ਇੱਕ ਕਿਸਾਨ ਮੋਰਟਾ ਇੱਕ ਸ਼ੁਰੂ ਹੋ ਚੁੱਕਾ ਆ ਉਦਾਹਰਨ ਜਿਹੜਾ ਮੇਨ ਇੱਕ ਰੀਜ਼ਨ ਆਪਾਂ ਆਪਾਂ ਗੱਲ ਕੀਤੀ ਆ ਕਿ ਫਿਕਸ ਪ੍ਰਾਈਸ ਦੇ ਉੱਤੇ ਸੀ ਜੀ ਕਿ ਫਿਕਸ ਪ੍ਰਾਈਸ ਡਿਮਾਂਡ ਆ ਕਿ ਤੇ ਫਰਦਰ ਆਪਾਂ ਅਲੱਗ-alag ਖੇਤ ਦੇ ਵਿੱਚ ਅਪਣਾ ਸਕਦੇ ਆ ਕਿਸਾਨੀ ਜਿਹੜੀ ਅਲੱਗ-alag ਖੇਤੇ ਚ ਅਪਣਾ ਸਕਦੇ ਆ ਉਦਾਂ ਹੀ ਹੋਰ ਵੀ ਅਲੱਗ-alag ਚੀਜ਼ਾਂ ਹੋਣੀਆਂ ਜਿਸ ਚੀਜ਼ ਤੇ ਮਨ ਲੱਕ ਸਾਡਾ ਯੂਥ ਵਰਕ ਕਰ ਸਕਦਾ ਉਹ ਚੀਜ਼ ਬਾਰੇ ਥੋੜਾ ਕਲੀਅਰ ਆਊਟ ਕਰੋ ਜੀ ਦੇਖੋ ਹੁਣ ਯਾਰ ਮੈਂ ਆਪਣੀ ਐਗਜ਼ਾਮਪਲ ਨਹੀਂ ਦੇ ਦਊਗਾ ਹੁਣ ਕੋਈ ਆਪਾਂ ਆਪਣੇ ਉੱਚੇ ਵਾਲਿਆਂ ਦੇ ਦੇਖਣਾ ਚਾਹੀਦਾ ਥੱਲੇ ਵਾਲਿਆਂ ਦੇ ਦੇਖਣਾ ਚਾਹੀਦਾ ਹੁਣ ਜਿਹੜੀ ਲੇਬਰ ਕਲਾਸ ਆ ਉਹਨਾਂ ਨੂੰ ਵਿਚਾਰੇ ਨੂੰ ਜੇ ਤੂੰ 500 ਰੁਪਏ ਦੇ ਦੂਗਾ ਦੇਨ ਦਾ ਉਹਨਾਂ ਨੇ ਖੁਸ਼ ਹੋ ਜਾਣਾ ਹੁਣ ਜੇ ਸਾਡੇ ਵਰਗੇ ਨੂੰ ਕੋਈ 5000 ਦੂਗਾ ਆਪਾਂ ਫੇਰ ਖੁਸ਼ ਹੋਵਾਂਗੇ ਜੇ ਹੁਣ ਸਾਡੇ ਬੜੀਏ ਵੱਡੇ ਹੋਰ ਨੂੰ ਕੋਈ 10000 ਦੂਗਾ ਉਹ ਖੁਸ਼ ਹੋਊਗਾ ਉਹਨੂੰ ਯਾਰ ਦੇਖੋ ਕਦੀ ਵੀ ਕੋਈ ਸੈਟੀਸਫਾਈਡ ਨਹੀਂ ਹੋਇਆ ਨਹੀਂ ਨਾ ਹੋਣਾ ਕਿਸੇ ਨੇ ਕਿਸੇ ਨੇ 500 ਰੁਪਏ ਦੇ ਵੀ ਨਹੀਂ ਸੈਟੀਸਫਾਈਡ ਨਾ 5 ਲੱਖ ਤੇ ਵੀ ਨਹੀਂ ਨਾ 5 ਕਰੋੜ ਤੇ ਵੀ ਨਹੀਂ ਨਾ ਇਹ ਤਾਂ ਸੈਟੀਸਫੈਕਸ਼ਨ ਅੰਦਰੋਂ ਆਂਦੀ ਹੈ ਤੇ ਜੇ ਬੰਦਾ ਇੱਥੇ ਸੈਟੀਸਫਾਈਡ ਇੰਡੀਆ ਚ ਨਹੀਂ ਸੈਟੀਸਫਾਈ ਜਾਂ ਪੰਜਾਬ ਚ ਨਹੀਂ ਸੈਟੀਸਫਾਈਡ ਆ ਉਹ ਕਿਤੇ ਵੀ ਨਹੀਂ ਹੋ ਸਕਦਾ ਮੈਂ ਤਾਂ ਆ ਲਾ ਲਿਆ ਉਹ ਬਾਹਰ ਵੀ ਨਹੀਂ ਹੋ ਸਕਦਾ ਨਾ ਇੱਥੇ ਸੈਟੀਸਫੈਕਸ਼ਨ ਇਸ ਕੀ ਟੂ ਸਕਸੈਸ ਹੁਣ ਤੁਸੀਂ ਜਿੱਦਾਂ ਬਾਹਰੋਂ ਆਏ ਆ ਤੇ ਬਾਹਰੋਂ ਆ ਕੇ ਇੱਕ ਇੰਪਲੀਮੈਂਟੇਸ਼ਨ ਦਾ ਕੰਮ ਦਾ ਸ਼ੁਰੂਆਤ ਕੀਤੀ ਆ ਤੇ ਤੁਸੀਂ ਇਸ ਦੇ ਵਿੱਚ ਗਰੋਥ ਵੀ ਚਲੋ ਕਰ ਚੁੱਕੇ ਆ ਜੀ ਤੇ ਇਸ ਚੀਜ਼ ਇੰਨੀ ਤੁਹਾਨੂੰ ਸੋਰਸ ਆਫ ਇਨਕਮ ਹੈਗੀ ਆ ਜਿੰਨੇ ਤੁਸੀਂ ਬਾਹਰ ਕੁਮਾਰੇ ਸੀਗੇ ਜੀ ਦੇਖੋ ਸੋਰਸ ਆਫ ਇਨਕਮ ਤਾਂ ਮੈਂ ਝੂਠ ਨਹੀਂ ਬੋਲਦਾ ਜਿੰਨੇ ਘੰਟੇ ਮੈਂ ਉੱਥੇ ਕੰਮ ਕਰਦਾ ਸੀ ਮੈਂ 20 ਘੰਟੇ ਲੀਗਲ ਕੰਮ ਕੀਤਾ 20 ਘੰਟੇ ਤੋਂ ਬਾਅਦ ਕਦੀ ਨਹੀਂ ਕੀਤਾ ਠੀਕ ਆ ਹੁਣ ਆਪਣਾ ਯੂਥ ਜਿਹੜਾ ਆ ਬੇਸਿਕਲੀ ਉਹ ਕੀ ਕਰਦਾ ਆ ਫੀਸਾਂ ਦੇ ਮੱਧਰ ਪਿਆ ਕਿ ਫੀਸਾਂ ਕੱਟੀਆਂ ਹੋ ਜਾਣ ਪੈਸੇ ਪੇਤਦੀ ਏ ਯਾਰ ਤੁਸੀਂ ਗੇ ਕੇਸ ਕੰਮ ਲੇ ਕਿਸ ਕੰਮ ਲੈਗੇ ਬਿਲਕੁਲ ਨੌਲੇਜ ਇਕੱਠੀ ਕਰਨਗੇ ਨੌਲੇਜ ਪੜਾਈ ਲੈ ਫਿਰ ਫੀਸਾਂ ਜੋ ਮੈਂ ਕਹਿੰਦਾ ਪ੍ਰੋਬਲਮ ਹੁੰਦੀ ਆ ਪਰ ਯਾਰ ਫੀਸਾਂ ਹਰ ਬੰਦੇ ਦੀ ਪ੍ਰੋਬਲਮ ਹੁੰਦੀ ਆ ਪਰ ਜੋ ਤੁਸੀਂ ਮੇਨ ਕੰਮ ਆ ਜੇ ਹੁਣ ਤੂੰ ਕਹੂਗਾ ਯਾਰ ਫਿਰ ਫੀਸ ਦੀ ਫੀਸ ਦੀ ਵੀ ਗੱਲ ਹੈਗੀ ਆ ਉਹਦੇ ਨਾਲ ਨਾਲ ਜਿੱਦਾਂ ਹੋਟ ਆਪਣਾ ਬਾਹਰੋਂ ਯੂਥ ਆਪਾਂ ਇੱਕ ਤੁਸੀਂ ਇੱਕ بزਨਸ ਦੇ ਵਿੱਚ ਵਰਕ ਕੀਤਾ ਆ ਤੇ ਇੱਕ بزਨਸ ਨੂੰ ਵੀ ਅਪਣਾਣਾ ਚਾਹੁੰਦੇ ਸੀ ਪਲੱਸ ਨਾਲ ਕਿਸਾਨੀ ਨੂੰ ਵੀ ਅਪਣਾਣਾ ਚਾਹੁੰਦੇ ਸੀ ਇਹਦੀ ਤੁਹਾਡਾ ਕਿਦਾਂ ਇੱਕ ਖਿੱਚ ਮਤਲਬ ਕਿ ਤੁਹਾਨੂੰ ਪਈ ਉੱਥੇ ਕਿਦਾਂ ਤੁਹਾਨੂੰ ਮਤਲਬ ਕਿ ਫੀਲ ਹੋਇਆ ਹੈ ਇਸ ਨੂੰ ਕਿ ਪੰਜਾਬ ਨੂੰ ਆਪਾਂ ਇੱਥੇ ਆ ਕੇ ਮਤਲਬ ਜੁੜੀਏ ਆਪਣਾ ਨਾ ਆਪਣਾ ਜਿਹੜਾ ਨਾਰਥ ਇੰਡੀਆ ਦਾ ਪਾਰਟ ਆ ਇਹ ਸਭ ਤੋਂ ਫਰਟਾਈਲ ਲੈਂਡ ਆ ਸਭ ਤੋਂ ਜ਼ਿਆਦਾ ਫਰਟਾਈਲ ਲੈਂਡ ਆ ਏ ਨੌਰਥ ਇੰਡੀਆ ਆਪਣਾ ਨੇਬਰਿੰਗ ਕੰਟਰੀਜ਼ ਹੋ ਗਈਆਂ ਪਾਕਿਸਤਾਨ ਉਹ ਪੂਰਾ ਪੰਜਾਬ ਸਾਡਾ ਦੇਖ ਲਓ ਕਿਤੇ ਵੀ ਜਾ ਕੇ ਦੇਖ ਲਓ ਅਮਰੀਕਾ ਵੀ ਅਮਰੀਕਾ ਕੈਨੇਡਾ ਤੋਂ ਜ਼ਿਆਦਾ ਫਟਾਈਲ ਆ ਜੀ ਇੱਥੇ ਚਲੋ ਤੁਸੀਂ ਕਹਿੰਦੇ ਪਿਆ ਸਾਡੇ ਰਿਸੋਰਸਸ ਚੋਰੀ ਹੋ ਗਏ ਆ ਪਰ ਫੇ ਵੀ ਸਾਡੇ ਤੋਂ ਇੰਨਾ ਫ ਰਿਸੋਰਸਸ ਹੈਗੇ ਆ ਜਿਹੜਾ ਨਾ ਆਪਾਂ ਸਰਵਾਈਵ ਕਰ ਸਕਦੇ ਆ ਠੀਕ ਹਾਂ ਇੰਡੀਆ ਗਰੋਥ ਵੀ ਕਰ ਰਿਹਾ ਇਸ ਚੀਜ਼ ਤੇ ਤੇ ਹੁਣ ਬਾਹਰੋਂ ਤੁਸੀਂ ਇੱਕ ਮਤਲਬ ਕਿ ਇੱਕ ਤੁਹਾਡਾ ਇੱਕ ਯੋਗਦਾਨ ਹੀ ਹੋ ਗਿਆ ਇਹ ਇੰਡੀਆ ਦੇ ਲਈ ਇੱਕ ਕਿਸਾਨਾਂ ਲਈ ਵੀ ਕਹਿ ਲਈਏ بزਨਸ ਲਈ ਵੀ ਕਹਿ دیਏ ਕਿ ਤੁਸੀਂ ਇੱਕ ਬਾਰੋਂ ਨੌਲੇਜ ਇਕੱਠੀ ਕਰਕੇ ਇੱਥੇ ਪਹੁੰਚੇ ਆ ਤੇ ਇੱਥੇ ਆ ਕੇ ਆਪਣਾ ਇੱਕ ਆਪਣਾਇਆ ਤੇ ਤੁਹਾਡਾ ਕੋ ਕਿਸਾਨ ਜਿਹੜੇ ਆਂਦੇ ਆ ਤੁਹਾਡੇ ਨਾਲ ਜੁੜੇ ਹੋਏ ਜਿਹੜੇ ਹੁਣ ਜੁੜ ਰਹੇ ਆ ਜਾਂ ਜਿਹੜੇ ਜੁੜੇ ਹੋਏ ਤੁਹਾਡੇ ਨਾਲ ਆ ਰਹੇ ਆ ਤੁਹਾਨੂੰ ਮਿਲਦੇ ਆ ਤੇ ਉਹ ਕਿੱਦਾਂ ਦਾ ਫੀਲ ਕਰਦੇ ਆ ਕਿ ਤੁਹਾਡਾ ਨਾਲ ਤੁਸੀਂ ਉਹਨਾਂ ਨਾਲ ਜਾਂ ਤੁਸੀਂ ਕਈ ਚੀਜ਼ਾਂ ਉਹਨਾਂ ਤੋਂ ਸਿੱਖਦੇ ਹੋਣੇ ਜਾਂ ਕਈ ਚੀਜ਼ਾਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋਣੇ ਤੇ ਉਸ ਚੀਜ਼ ਬਾਰੇ ਥੋੜਾ ਜਿਹਾ ਦੱਸੋ ਜੀ an excellent coaching point in aisles and spoken english also expert in study and visitor visa government approved ss group session jhank khushiyarpur ji dekho har time banda lahan hi karda main aa nahi kehta ki main scholar aa mainu knowledge nahi hai gi har banda dekho mainu kuch nahi pata si e field da matlab jinna ka pata si mere ghar deyan ne dassya mainu ਮੈਂ ਹੌਲੀ-ਹੌਲੀ ਲਰਨ ਕਰਦਾ ਵੇ ਮੈਂ ਆ ਨਹੀਂ ਕਹਿੰਦਾ ਮੈਂ ਐਕਸਪਰਟ ਆ ਜੀ ਮੈਂ ਮੈਨੂੰ ਤਾਂ ਸਾਰਾ ਕਿਸਾਨੀ ਪਤਾ ਨਹੀਂ ਜੀ ਮੈਨੂੰ ਮੈਂ ਇੱਕ ਲਰਨਰ ਆ ਸਾਡੇ ਗੁਰੂਆਂ ਨੇ ਵੀ ਦੱਸਿਆ ਆ ਕਿ ਸਿੱਖ ਦਾ ਕੰਮ ਕੀ ਹੁੰਦਾ ਸਿੱਖਣਾ ਸਿੱਖੋ ਕੀ ਹੋਇਆ ਤੁਹਾਡੇ ਨਾਲ ਅੱਗੇ ਕੀ ਕਰਨਾ ਸਿੱਖਣਾ ਬਸ ਸਿੱਖੋ ਆਪਣਾ ਉਹਨਾਂ ਆਉਣ ਵਾਲੀ ਜਿਹੜੇ ਅੱਗੇ ਕੰਮ ਆ ਰਹੇ ਆ ਜਿਹਦਾ ਕਿਸਾਨੀ ਦੇ ਵਿੱਚ ਤੁਸੀਂ ਵੀ ਇੱਕ 파ਟ ਬਣੇ ਕਿਸਾਨੀ ਦਾ ਨਾ ਆ ਕੇ ਇੱਥੇ ਜੁੜ ਕੇ ਤੇ ਮਤਲਬ ਕਿ ਆਪਣੇ ਜਿਹੜਾ ਯੂਥ ਹੈਗਾ ਆ ਮਤਲਬ ਕਿ ਚਲੋ ਆਪਾਂ ਬਾਰਵਾ ਯੂਥ ਤੇ ਆ ਰਹੇ ਆ ਕਿ ਜਿਹੜਾ ਯੂਥ ਸਾਡਾ ਹੈਗਾ ਆ ਉਹ ਯੂਥ ਕਿਦਾਂ ਉਸ ਚੀਜ਼ ਨੂੰ ਮਤਲਬ ਕਿ ਲੋਕੀ ਨਾ ਚਲੋ ਅਪਣਾ ਦੇ ਵੀ ਆ ਇਹਦਾ ਪਿੱਛੇ ਪੋਟਰੀ ਫਾਰਮਿੰਗ ਦੀ ਚੱਲ ਰਹੀ ਸੀਗੀ ਕਿ ਕਾਫੀ ਲੋਕੀ ਪੋਟਰੀ ਫਾਰਮਿੰਗ ਤੋਂ ਜੁੜੇ ਹੋਏ ਸੀ ਅਲੱਗ-ਅਲੱਗ ਪੋਟਰੀ ਫਾਰਮਿੰਗ ਅਲੱਗ-ਅਲੱਗ ਤਰੀਕੇ ਦੀ ਕਰ ਰਹੇ ਸੀਗੇ ਨਾ ਜੀ ਤੇ ਉਹ ਕਾਫੀ ਬੰਦੇ ਬੰਦ ਕਰਕੇ ਵੀ ਚਲੇ ਗਏ ਪੋਟਰੀ ਫਾਰਮਿੰਗ ਜਾਂ ਹੋਰ ਆਪਣੇ ਅਲੱਗ-ਅਲੱਗ ਜਿਹੜੇ ਕੈਰੇ ਸੀ ਖਾਦਾ ਤੇ ਵਰਕ ਕਰ ਰਹੇ ਸੀਗੇ ਜਿਹੜੇ ਉਹ ਕਰਕੇ ਬਾਹਰ ਜਾਈ ਜਾ ਰਹੇ ਆ ਉਸ ਚੀਜ਼ ਨੂੰ ਕਿਦਾਂ ਆਪਾਂ ਰੋਕ ਸਕਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਦੇਖੋ ਪੇੜ ਝਾੜ ਕੀ ਲੋਕੀ ਕੀ ਕਹਿੰਦੇ ਆ ਲੋਕੀ ਕਹਿੰਦੇ ਆ ਕਿ ਇੰਡੀਆ 'ਚ ਕੱਖ ਨਹੀਂ ਹੈਗਾ ਇੱਥੇ ਅਨਐਮਪਲੋਇਮੈਂਟ ਆ ਆਪਣਾ ਆਪਣਾ ਯਾਰ ਹੁਣ ਪਲੱਸ 2 ਤੋਂ ਬਾਅਦ ਨੋਰਮਲ ਬੰਦਾ ਕੀ ਕਰਦਾ ਆਈਲਸ ਕਰਦਾ ਤਾਂ ਬਾਹਰ ਚਲੇ ਜਾਂਦਾ ਹੋਰ ਕਿੰਨੇ ਟੈਸਟ ਆ ਕਿੰਨੇ ਟੈਸਟ ਆਈਪੀਐਸ ਆਈਏਐਸ ਸਾਡਾ ਵੀ ਮੇਰਾ ਵੀ ਮੈਂ ਪਰਸਨਲੀ ਕਹਿੰਦਾ ਮੇਰਾ 10ਵੀਂ ਤੋਂ ਯਾਰ ਪੇੜ ਚਾਲੀ ਆ ਮੈਂ ਹੀ ਪੇੜ ਚਾਲਦਾ ਸੀਗਾ ਕਿ ਯਾਰ ਮੈਂ ਕਹਿੰਦਾ ਕਿ 9ਵੀਂ ਸੋਚ ਲਿਆ ਸੀ ਯਾਰ ਮੈਂ ਤਾਂ ਬਾਹਰ ਹੀ ਜਾਣਾ ਚਲ ਉਦੀ ਮੈਂ ਪੇੜ ਚਾਲੀ ਫੜਦੀ ਮਤਲਬ ਕਿ ਸੁਸਾਇਟੀ ਜੋ ਰੈਪਿਊਟੇਸ਼ਨ ਜੀ ਬਣ ਜਾਂਦੀ ਆ ਉਹ ਬੰਦਾ ਬਾਹਰੋਂ ਆਇਆ ਉਹ ਬੰਦਾ ਬਾਹਰੋਂ ਆਇਆ ਪਰ ਹੌਲੀ ਹੌਲੀ ਇਹ ਕੱਟੂਗੀ ਜਿੱਦਾਂ ਪਹਿਲਾਂ ਆ ਪੇੜ ਚਾਲ ਸੀ ਯਾਰ ਹੁਣ ਪਹਿਲਾਂ 70 ਦੇ ਵਿੱਚ ਤੁਸੀਂ ਦੇਖਿਓ 70 ਦੇ ਵਿੱਚ ਕਿਸੇ ਤੋਂ ਪੁੱਛਿਓ ਕਿਸ 70 ਆਪਾਂ ਬੋਰਡ ਨਹੀਂ ਸੀਗੇ ਮੇਰੇ ਤੋਂ ਕੋਈ ਫੈਕਟ ਨਹੀਂ ਹੈ 70 ਦੇ ਵਿੱਚ ਕੋਈ ਆਂਦਾ ਸੀਗਾ ਬਾਹਰੋਂ ਇੱਥੇ ਜਾਂ ਜਾਂਦਾ ਸੀਗਾ ਪੂਰਾ ਪਿੰਡ ਜਾਂਦਾ ਸੀ ਉਹਦੇ ਪਿੱਛੇ ਹੁਣ ਕੋਈ ਆਵੇ ਯਾਰ ਆਤਾ ਹਰ ਸਾਲ ਆਂਦਾ ਪਿਆ ਕੋਈ ਇਹ ਮੁੰ ਭਾਜੀ ਕੋਈ ਡਿਫਰੈਂਸ ਨਹੀਂ ਲਿਆ ਸੋਚ ਦਾ ਡਿਫਰੈਂਸ ਆ ਬਸ ਉਹ ਬਾਹਰੋਂ ਆਇਆ ਇੱਥੇ ਵੀ ਉਹ ਚੀਜ਼ਾਂ ਮਿਲਦੀਆਂ ਉੱਥੇ ਵੀ ਉਹ ਚੀਜ਼ਾਂ ਮਿਲਦੀਆਂ ਬਸ ਨੋਲੇਜ ਲੈਣ ਦੀ ਲੋੜ ਆ ਇੱਥੋਂ ਵੀ ਤੁਸੀਂ ਉਨਾ ਹੀ ਗਰੋ ਕਰ ਸਕਦੇ ਆ ਉੱਥੋਂ ਵੀ ਉਨਾ ਹੀ ਗਰੋ ਹੁੰਦਾ ਬਸ ਨੋਲੇਜ ਮੇਨ ਗੱਲ ਨੋਲੇਜ ਤੇ ਹੀ ਆ ਸਾਰੀ ਵੀਰ ਹੁਣਾਂ ਨੇ ਵੀ ਇੱਥੇ ਆ ਕੇ ਇੰਪਲੀਮੈਂਟੇਸ਼ਨ ਦਾ ਕੰਮ ਸ਼ੁਰੂ ਕੀਤਾ ਤੇ ਅੱਜ ਸਾਡੇ ਨਾਲ ਜੁੜੇ ਤੇ ਸਾਰੇ ਯੂਥ ਨੂੰ ਇੱਕ ਇਨਸਪਾਇਰੇਸ਼ਨ ਆ ਕਿ ਤੁਸੀਂ ਬਾਹਰ ਜਾ ਰਹੇ ਆ ਜਾਂ ਤੁਸੀਂ ਜਿਹੜੇ ਬਾਹਰ ਬੈਠੇ ਆ ਉਹ ਆ ਕੇ ਤੁਸੀਂ ਇੰਡੀਆ ਦੇ ਵਿੱਚ ਵੀ ਕੰਮ ਕਰ ਸਕਦੇ ਜਿਹੜੇ ਰਹਿ ਰਹੇ ਆ ਇੱਥੇ ਉਸ ਚੀਜ਼ ਨੂੰ ਇੱਕ ਸਾਨੀ ਦੀਆਂ ਵਿਰਣੇ ਦੱਸਿਆ ਕਿ ਇੱਕ ਜੜ੍ਹ ਆ ਇੱਕ ਦਰਖਤ ਆ ਉਹਦੀ ਲਗ ਲਗ ਬ੍ਰਾਂਚੇਜ਼ ਆ ਉਹਦੀ ਲਗ ਲਗ ਬ੍ਰਾਂਚੇਜ਼ ਚ ਕਈ ਮਤਲਬ ਕਿ ਲਗ ਲਗ ਫੀਲਡ ਜਿਆਉਂਦੀਆਂ ਵੀ ਸੌਰੀ ਭਾਜੀ ਮੈਂ ਇੱਕ ਗੱਲ ਹੋਰ ਐਡ ਕਰ ਦੀ ਤੁਸੀਂ ਉਹ ਪੁਆਇੰਟ ਨਹੀਂ ਉਠਾਇਆ ਦੇਖੋ ਸਿੰਪਲੀ ਯਾਰ ਮੈਂ ਵੱਡੀ ਗੱਲ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਕੈਨੇਡਾ ਜਾਓ ਅਮਰੀਕਾ ਜਾਓ ਕਿਤੇ ਵੀ ਜਾਓ ਮੈਂ ਕਹਿੰਦਾ ਇੱਥੇ ਹੀ ਬਹੁਤ ਕੁਝ ਆ ਹੁਣ ਸਿੰਪਲੀ ਆਪਾਂ ਦੇਖੀਏ ਯਾਰ ਮੈਂ ਹਾਇਰ ਕਲਾਸ ਮੀਡਲ ਕਲਾਸ ਦੀ ਨਹੀਂ ਗੱਲ ਕਰਦਾ ਹੁਣ ਜਿਹੜੇ ਅਨ ਐਜੂਕੇਟਿਡ ਬੰਦੇ ਆ ਉਹ ਕਿੱਥੇ ਜਾਂਦੇ ਅਰਬ ਕੰਟਰੀ ਜਾਂਦੇ ਕਿੰਨਾ ਤੂਦ ਤੁਸੀਂ ਦੱਸੋ ਭਾਜੀ ਕਿੰਨਾ ਪੈਸਾ ਲੱਗਦਾ ਅਰਬ ਕੰਟਰੀ ਜਾਣ ਨੂੰ ਨੋਰਮਲੀ ਕਿੰਨੇ ਲੱਖ ਲੱਗਦੇ ਜਿਆਦਾ ਦਾ ਨਹੀਂ ਥੋੜੀ ਜਿਹੀ ਮਤਲਬ ਕਿ ਆਪਣਾ 5-6 ਜਾਂ 10 ਲੱਖ ਦੇ ਵਿੱਚ ਉੱਥੇ ਚਲੇ ਜਾ ਆ 5-6 10 ਲੱਖ ਜੇ ਤੁਸੀਂ ਇਹ ਤਾਂ ਛੋਟਾ ਜਿਹਾ ਵੀ ਆਪਣਾ ਮੜਾ ਕਿਸਾਨੀ ਦਾ ਕੀਤਾ ਲੈ ਕੇ ਕੋਈ ਵੀ ਬਿਜ਼ਨਸ ਸ਼ੁਰੂ ਕਰੋ ਸਿਰੋ ਕੁਸਾਨੀ ਤੋਂ ਮੈਨੂੰ ਵੀ ਵਿੱਚ ਗੱਲ ਯਾਦ ਆਈ ਆ ਕਿ ਆਪਾਂ ਛੋਟੇ ਕਹਦੇ ਆ ਛੋਟੀ ਇੱਕ ਆਪਣੀ ਫੈਕਟਰੀ ਜਾਂ ਕੁਝ ਵੀ ਸਟੈਬਲਿਸ਼ ਕਰ ਸਾਦੇ ਜਿੰਨਾ ਕਿ ਇਹ ਡੈਰੀ ਫਾਰਮਿੰਗ ਜਾਂ ਹੋਰ ਕਈ ਚੀਜ਼ਾਂ ਦੇ ਨਾਲ ਆਪਾਂ ਅਲੱਗ-ਅਲੱਗ ਖੇਤਿਆਂ ਦੇ ਵਿੱਚ ਪਣਾ ਸਕਦੇ ਆ ਕਿਉਂਕਿ ਹੁਣ ਜਿੱਦਾਂ ਇੱਕ ਫੋਰ ਐਗਜ਼ਾਮਪਲ ਆਪਾਂ ਗੱਲ ਕਰ ਲਈਏ ਕਿ ਡੈਰੀ ਫਾਰਮਿੰਗ ਜਿਹੜੀ ਡੈਰੀ ਫਾਰਮਿੰਗ ਆ ਜਿੱਦਾਂ ਹੁਣ ਪਸ਼ੂ ਰੱਖਦੇ ਆ ਉਹ ਚ ਦੁੱਧ ਵੀ ਬੰਦਾ ਉਹ ਚੋਂ ਕੇ ਮੱਖਣ ਹੋਰ ਚੀਜ਼ਾਂ ਵੀ ਮਤਲਬ ਕਿ ਆਪਾਂ ਕਹਿ ਦਈਏ ਕਿ ਚਾ ਪਨੀਰ ਬੰਦਾ ਆਕਲ ਪਨੀਰ ਕਿਉਂਕਿ ਪਨੀਰ ਦੀ ਵਰਤੋਂ ਵੀ ਬਹੁਤ ਜ਼ਿਆਦਾ ਆ ਤੇ ਇਸੇ